Subscribe now and press the bell icon. Never miss an update. Subscribe now and press the bell icon. ਜਿਹੜੀ ਚੱਲੀ ਆ ਸੁਰੇਸ਼ ਕੁਮਾਰ ਹੋਰ ਨਾਲ ਸੀ ਕਿਸੇ ਨਤੀਜੇ ਤੱਕ ਪਹੁੰਚੀ ਹੈ ਜੀ ਤੁਹਾਡੀ ਮੀਟਿੰਗ ਦੇਖੋ ਜੀ ਅੱਜ ਸਾਡੀ 5 ਘੰਟੇ ਦੀ ਮੀਟਿੰਗ ਜਿਹੜੀ ਆ ਚੀਫ ਸੈਕਟਰੀ ਤੋਂ ਸੀਐਮ ਨੇ ਜਿਹੜੇ ਉਹਨਾਂ ਨਾਲ ਬਹੁਤ ਵਧੀਆ ਮਾਹੌਲ ਚ ਨੀਚੇ ਨੀਚੇ ਔਰ ਸਾਡੀਆਂ ਵੱਡੀਆਂ ਗੱਲਾਂ ਤੋਂ ਲੈ ਕੇ ਜਿਹੜੀ ਤਨਖਾਹ ਘਟਾਉਤੀ 51 78 ਜਿਹੜੇ ਨਿੱਕੀਆਂ ਗੱਲਾਂ ਤੱਕ ਵੀ ਡਿਸਕਸ਼ਨ ਹੋਈ ਔਰ ਜੋ ਪਿਛਲੇ ਸਮੇਂ ਚ ਇਹ ਐਜੂਕੇਸ਼ਨ ਦੀ ਅਫਸਰਸ਼ਾਹੀ ਨੇ ਜਿੱਦਾਂ ਦਾ ਰਵੱਈਆ ਅਖਤਿਆਰ ਕੀਤਾ ਸਾਰੀਆਂ ਉਹਦੇ ਬਾਰੇ ਵੀ ਗੱਲਾਂ ਹੋਈਆਂ ਜੋ ਡਿਪਾਰਟਮੈਂਟ ਨੇ ਕੀਤਾ ਜਿੱਦਾਂ ਜਿਸ ਢੰਗ ਨਾਲ ਵਿਕਟੀਮਾਈਜੇਸ਼ਨ ਕਰਕੇ ਸਮਰਥ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਸਭ ਕੁਝ ਗੱਲਾਂ ਖੁੱਲ ਕੇ ਹੋਈਆਂ ਔਰ ਉਹ ਸਭ ਕੁਝ ਦੇ ਵਿੱਚੋਂ ਇਹ ਨਿਕਲਿਆ ਵੀ ਸੀਐਮ ਸਾਹਿਬ ਬਾਹਰ ਨਹੀਂ ਇੱਥੇ ਨਹੀਂ ਗਏ ਇਸ ਕਰਕੇ ਇਹ ਜਿਹੜੇ ਸਰਕਾਰ ਨੇ ਕੋਈ ਫੈਸਲੇ ਲਏ ਆ ਜਿਹੜੇ ਸਾਨੂੰ ਸੂਟ ਨਹੀਂ ਕੀਤੇ ਜਿਹਦੇ ਨਾਲ ਸੰਘਰਸ਼ ਪੰਜਾਬ ਚ ਅਧਿਆਪਕਾਂ ਦਾ ਤਕੜਾ ਉੱਠਿਆ ਔਰ ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਉਹਦੇ ਤੇ ਦੁਬਾਰਾ ਵਿਚਾਰ ਕਰਨ ਲਈ 5 ਨਵੰਬਰ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਹੋਏਗੀ ਕਿਉਂਕਿ ਉਹ ਇਸ ਵੇਲੇ ਬਾਹਰ ਨੇ ਔਰ ਇਹ ਸਾਰੀ ਗੱਲ ਦੇ ਵਿੱਚ ਸਾਨੂੰ ਹੀ ਹੁਣ ਤੱਕ ਦੀ ਤਸੱਲੀ ਹੈ ਵੀ ਸਾਨੂੰ ਲੜਦਾ ਸਰਕਾਰ ਇਧਰ ਆਏਗੀ ਜੇ ਸਰਕਾਰ ਮੁੜ ਕੇ ਨਹੀਂ ਸਾਡੀਆਂ ਮੰਗਾਂ ਨਾਲ ਸਹਿਮਤ ਹੁੰਦੀ ਤਾਂ ਸੰਘਰਸ਼ ਲਈ ਤਾਂ ਸਾਡਾ ਰਾਹ ਖੁੱਲ੍ਹਾ ਹੀ ਆ ਉਹ ਕਰਾਂਗੇ ਸੰਘਰਸ਼ ਜਾਰੀ ਰਹੇਗਾ ਦੇਖੋ ਜੀ ਇੱਕ ਦੋ ਗੱਲਾਂ ਤੇ ਹੋਰ ਸਾਡੀ ਸਹਿਮਤੀ ਬਣੀ ਆ ਜੇ ਉਹ ਕੱਲ ਤੱਕ ਪਰਸੋਂ ਤੱਕ ਲੈ ਕੇ ਆਉਂਦੇ ਕੀ ਗੱਲਾਂ ਨੇ ਕੋਈ ਵਿਕਟੀਮਾਈਜੇਸ਼ਨਾਂ ਬਾਰੇ ਆ ਖਾਸ ਤੌਰ ਤੇ ਜਿਹੜਾ ਧੱਕਾ ਆਇਆ ਜੋ ਬਠਿੰਡੇ ਤੋਂ ਲੜਕੀਆਂ ਨੂੰ ਬਦਲ ਕੇ ਅੰਮ੍ਰਿਤਸਰ ਸੁੱਟ ਦਿਓ ਮੋਹਾਲੀ ਤੋਂ ਕਿਤੇ ਸੁੱਟ ਦਿਓ ਜੋ ਏਦਾਂ ਦੀਆਂ ਗੱਲਾਂ ਹੋਈਆਂ ਨੇ ਜੇ ਉਹਦੇ ਤੇ ਕੋਈ ਅਸ਼ਵਾਸਨ ਲੈ ਕੇ ਆਉਂਦੇ ਆ ਸਾਡੇ ਕੈਂਪ ਚ ਫਿਰ ਅਸੀਂ ਚੁੱਕ ਸਕਦੇ ਹਾਂ ਮਰਨ ਜਾਰੀ ਰਹੂਗਾ ਕਿ ਨਹੀਂ ਨਹੀਂ ਜੇ ਉਹ ਆਉਣਗੇ ਸਾਡੇ ਕੋਲੇ ਇਹਨਾਂ ਗੱਲਾਂ ਦੇ ਜਿਨ੍ਹਾਂ ਦੀ ਸਹਿਮਤੀ ਬਣੀ ਹੈ ਫਿਰ ਕੋਈ ਸਮਾਂ ਦੱਸਿਆ ਕਿ ਇਹਨੇ ਸਮੇਂ ਤੱਕ ਆ ਜਾਣਾ ਅਜੇ ਕੱਲ ਵੀ ਹੋ ਸਕਦਾ ਪਰਸੋਂ ਵੀ ਹੋ ਸਕਦਾ ਜਿਹੜੀ ਟ੍ਰਾਂਸਫਰ ਕੀਤੀਆਂ ਜਾ ਰਹੀਆਂ ਇੱਧਰ ਉੱਧਰ ਇਹ ਕੱਲੀ ਟ੍ਰਾਂਸਫਰ ਨੂੰ ਲੈ ਕੇ ਆਇਆ ਕਿ ਜੇ ਕੋਈ ਉੱਥੇ ਆ ਜਾਂਦਾ ਤਾਂ ਇਹ ਮਰਮਤ ਖਤਮ ਹੋ ਸਕਦਾ ਅਗਰ ਜੇ ਟ੍ਰਾਂਸਫਰ ਇਸ਼ੂ ਚੱਲ ਰਿਹਾ ਦੇਖੋ ਜੀ ਇਹ ਤੇ ਇਸ਼ੂ ਚੱਲ ਨਹੀਂ ਰਿਹਾ ਟੋਟਲ ਵਿਕਟੀਮਾਈਜੇਸ਼ਨ ਜਿਹੜੀ ਟ੍ਰਾਂਸਫਰ ਸਸਪੈਂਸ਼ਨ ਜਾਂ ਨੋਟਿਸ ਕਿਸੇ ਵੀ ਕਿਸਮ ਦੀ ਟਰਮੀਨੇਸ਼ਨ ਵੀ ਹੈਗੀਆਂ ਨੇ ਉਹ ਸਾਰਿਆਂ ਤੇ ਜੇ ਉਹ ਤੇ ਵਿਚਾਰ ਕਰਕੇ ਪੋਜ਼ਿਟਿਵ ਆਉਂਦੇ ਆ ਤੇ ਫਿਰ ਅਸੀਂ ਚੁੱਕ ਸਕਦੇ ਔਰ ਇਹ ਵੀ ਗੱਲ ਸਾਫ ਹੈ ਵੀ ਜੇ 5 ਤੱਕ ਕੋਈ ਸਾਨੂੰ ਨਹੀਂ ਤਸੱਲੀ ਹੁੰਦੀ ਤਾਂ 6 ਤੋਂ ਫਿਰ ਸੰਘਰਸ਼ ਸ਼ੁਰੂ ਕਰ ਸਕਦੇ ਸਾਡਾ ਰਾਈਟ ਹੈ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦਾ ਐਜੂਕੇਸ਼ਨ ਦਾ ਮਾਹੌਲ ਸਕੂਲਾਂ ਦਾ ਮਾਹੌਲ ਸ਼ਾਂਤ ਹੋਵੇ ਬਿਲਕੁਲ ਸਾਡਾ ਕੰਮ ਪੜਾਉਣਾ ਹੈ ਇਹ ਸਾਡੀ ਮਜਬੂਰੀ ਨਾ ਬਣਾਉਣ ਬਾਰ ਬਾਰ ਸੰਘਰਸ਼ ਕਰਨਾ ਅਸੀਂ ਤਾਂ ਪੜਾਉਣਾ ਚਾਹੁੰਦੇ ਹਾਂ ਸਕੂਲਾਂ ਚ ਵੀ ਇੱਦਾਂ ਦਾ ਮਾਹੌਲ ਬਣੇ ਜਿਹੜਾ ਪੋਰਟਲ ਦਾ ਇਸ਼ੂ ਆ ਪੋਰਟਲ ਅੱਜ ਰਾਤ ਨੂੰ 12 ਵਜੇ ਬੰਦ ਹੋ ਜਾਣਾ ਆਪਸ਼ਨ ਕਲਿੱਕ ਕਰਨ ਦਾ ਤਾਂ ਹੁਣ ਤੁਹਾਡਾ ਆਪਸ਼ਨ ਕਲਿੱਕ ਕਰਨ ਨੂੰ ਲੈ ਕੇ ਕੀ ਫੈਸਲਾ ਕਿਉਂਕਿ ਤੁਹਾਡੇ ਅਸੀਂ ਸ਼ੁਰੂ ਤੋਂ ਇਹਦਾ ਵਿਰੋਧ ਕੀਤਾ ਜੀ ਇਹ ਫੈਸਲਾ ਹੀ ਗਲਤ ਹੈ ਸਰਕਾਰ ਦਾ ਕਿਉਂ ਤਨਖਾਹ ਘਟਾਉਣ ਦਾ ਫੈਸਲਾ ਹੀ ਕਿਉਂ ਕੋਈ ਲਵੇ ਇਸ ਕਰਕੇ ਸਾਰੇ ਅਧਿਆਪਕਾਂ ਨੂੰ ਅਸੀਂ ਬਾਰ ਬਾਰ ਕਿਹਾ ਹੈ ਔਰ ਸਾਡੇ ਅਧਿਆਪਕ ਸਾਡੇ ਨਾਲ ਖੜੋਤੇ ਆ ਔਰ ਠੋਕੇ ਕਹਿੰਦੇ ਆ ਵੀ ਅਸੀਂ ਪੇ ਪ੍ਰੋਟੈਕਟ ਕਰਾ ਕੇ ਰੈਗੂਲਰ ਹੋਵਾਂਗੇ ਸਾਡਾ ਸੰਘਰਸ਼ ਉੱਥੋਂ ਤੱਕ ਰਹਿਣੇ ਰਹਿਣਾ ਬਈ ਨਾਮ ਦੱਸਿਆ ਬਲਕਾਰ ਵੱਟੋ ਹੈ ਸਾਰੀ ਸਾਡੀ ਟੀਮ ਮੋਰਚਾ